ਕੰਦਾ ਵੀ 50 ਕਿਲੋ ਖੀਰ ਦੱਲ ਬਣਾ ਕੇ ਲੈ ਜਾਂਦੇ ਨੇ ਤੇ ਉੱਥੇ ਲੰਗਰ ਲਾਉਂਦੇ ਨੇ ਤੇ 100 ਬੰਦਾ ਉਹਦੇ ਆਲੇ-ਦਾਲੇ ਖੜ ਜਾਂਦਾ। ਬਈ ਇਹ ਆਪਣੀਆਂ ਫੋਟਾਂ ਘਾਉਣ ਦੇ ਮਾਰੇ ਆਪਣੇ ਆਪ ਨੂੰ ਪ੍ਰੋਮੋਟ ਕਰਨ ਦੇ ਮਾਰੇ ਵੀ ਅਸੀਂ ਬਹੁਤ ਵੱਡਾ ਲੰਗਰ ਲਾਤਾ ਅਸੀਂ ਬਹੁਤ ਵੱਡੀ ਸੇਵਾ ਕਰਤੀ। ਵੀ ਅਸੀਂ ਸਿਰਫ ਆਪਣੀਆਂ ਫੋਟਾਂ ਘਾਉਣ ਦੇ ਮਾਰੇ ਉੱਥੇ ਜਾਂਦੇ ਆ ਵੀ ਅਸੀਂ ਬਹੁਤ ਵੱਡੇ ਸੇਵਾਦਾਰ ਆ। ਤੇ ਬਾਬਾ ਸੀਚੇਵਾਲ ਨੂੰ ਕਹਿੰਦਾ ਵੀ ਉਹ ਜਦੋਂ ਸੇਵਾ ਕਰਨ ਜਾਂਦਾ ਉੱਥੇ ਢਪੀੜ ਤੇ ਪਰਿਵਾਰਾਂ ਲਈ ਕਹਿੰਦਾ ਉਹ ਫੋਟਾਂ ਘਾਉਂਦਾ ਪਾਣੀ ਦੀਆਂ ਬੋਤਲਾਂ ਦੇ ਕੇ ਵੀ ਮੈਂ ਬਹੁਤ ਵੱਡਾ ਕੰਮ ਕਰਤਾ ਵੀ ਆਪਣੇ ਆਪ ਨੂੰ ਪ੍ਰੋਮੋਟ ਕਰਨ ਵਾਸਤੇ। ਵੀ ਇਹ ਕਰਦੇ ਨੇ ਕੋਈ ਸੇਵਾ ਭਾਵਨਾ ਦੇ ਇਹਦੇ ਵਿੱਚ ਕੋਈ ਮਤਲਬ ਨਹੀਂ ਹੈਗਾ ਟੱਡੀ ਆਲਾ ਮੈਂ ਤੈਨੂੰ ਇਹ ਪੁੱਛਦਾ ਵੀ ਤੂੰ ਅੱਜ ਤੱਕ ਕਿਹੜੀ ਸੇਵਾ ਕੀਤੀ ਆ ਤੂੰ ਕਿੰਨੇ ਕੁ ਬੰਦੇ ਬੰਦਿਆਂ ਨੂੰ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਦੀ ਤਾਂ ਸਹਾਇਤਾ ਕੀਤੀ ਹੋਵੇ ਕਿਹੜੇ ਗਰੀਬ ਦਾ ਤਾਂ ਲੈਂਟਰ ਪਾ ਕੇ ਦਿੱਤਾ ਅਜੇ ਤੱਕ ਕਿਹੜੇ ਗਰੀਬ ਨੂੰ ਤਾਂ ਕੂਲਰ ਲੈ ਕੇ ਦੇ ਦਿੱਤਾ ਜਾਂ ਕੋਈ ਹੋਰ ਸੇਵਾ ਕਰਤੀ ਜਾਂ ਕੱਪੜੇ ਲੈ ਕੇ ਦੇਤੇ ਜਾਂ ਕਿ ਇਹਨੂੰ ਦਵਾਈ ਦਵਾਤੀ ਜਾਂ ਕਿਹਦਾ ਆਪਰੇਸ਼ਨ ਕਰਵਾਤਾ ਇੱਕ ਇੱਕ ਦਿਖਾ ਦੇ ਮੈਨੂੰ ਇੱਕ ਵੀਡੀਓ ਦਿਖਾ ਦੇ ਜਿੱਥੇ ਤਾਂ ਇਹ ਕੰਮ ਕੀਤਾ ਹੋਵੇ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਤੂੰ ਰੋਕਦਾ ਆਪ ਤਾਂ ਤੂੰ ਕੁਝ ਕਰਨਾ ਹੈ ਨੀਗਾ ਦੂਜਿਆਂ ਨੂੰ ਤਾਂ ਕੰਮ ਕਰਨ ਤੋਂ ਰੋਕਦਾ ਉਹ ਵੀ ਜਿਹੜਾ ਚੰਗਾ ਕੰਮ ਕਰਦੇ ਨੇ ਜੇ ਤੂੰ ਕਹਿੰਦਾ ਆ ਵੀ ਮੈਂ ਰੱਬ ਨਾਲ ਬੰਦਿਆਂ ਨੂੰ ਜੋੜਦਾ ਜਿਹੜਾ ਤੇਰੇ ਕੋਲ ਬੈਡਿੰਗ ਸੈਟ ਆ ਰੱਬ ਨਾਲ ਜੋੜਦੇ ਆਲਾ ਉਹ ਬੈਡਿੰਗ ਸੈਟ ਕੋਈ ਨਹੀਂ ਹੈਗਾ ਉਹ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਬੈਡਿੰਗ ਸੈਟ ਆ ਉਹ ਮੂਰਖ ਬਣਾ ਕੇ ਜੋੜਦੇ ਹੋ ਤੁਸੀਂ ਜਿਹੜੇ ਰੱਬ ਨਾਲ ਜੋੜਦੇ ਨੇ ਬੰਦੇ ਉਹ ਆ ਗੁਰਪ੍ਰੀਤ ਸਿੰਘ ਲੁਧਿਆਣੇ ਵਾਲਾ ਜਿਹੜਾ ਮਨੁੱਖਤਾ ਦੀ ਸੇਵਾ ਕਰਦਾ ਉਹਦੇ ਤਾਂ ਤੂੰ ਪੈਰ ਵਰਗਾ ਵੀ ਹੈ ਨੀਗਾ ਉਹਨੂੰ ਜਾ ਕੇ ਮਿਲ ਦੇਖ ਬਜ਼ੁਰਗਾਂ ਦੀ ਮਦਦ ਕਰਕੇ ਉਹਨਾਂ ਦੀ ਸੇਵਾ ਸੰਭਾਲ ਕਰਕੇ ਫਿਰ ਪਤਾ ਲੱਗਦਾ ਵੀ ਇਹਨੂੰ ਕਹਿੰਦੇ ਨੇ ਸੇਵਾ ਆ ਸਟੇਜ ਤੇ ਚੜ ਕੇ ਉਪਦੇਸ਼ ਦੇਣੇ ਵੱਡੇ ਵੱਡੇ ਤੇ ਬਾਬਾ ਨਾਨਕ ਜੀ ਇਹ ਕਹਿੰਦੇ ਸੀ ਬਾਬਾ ਨਾਨਕ ਆਹ ਕਹਿੰਦਾ ਬਾਬਾ ਨਾਨਕ ਤਾਂ ਹਾਦੀ ਪਾਉਂਦਾ ਸੀ ਅੱਜ ਤੱਕ ਅਜੇ ਸਟੇਜ ਤੇ ਬੋਲਿਆ ਤੂੰ ਇਹ ਗੱਲ ਵੀ ਬਾਬਾ ਨਾਨਕ ਖਾਲ ਪਾਉਂਦਾ ਸੀ ਜਾਂ ਕਿਸੇ ਹੋਰ ਪਖੰਡੀ ਸਾਧ ਨੇ ਬੋਲਿਆ ਹੋਵੇ ਅੱਜ ਤੱਕ ਵੀ ਬਾਬਾ ਨਾਨਕ ਖਾਲ ਪਾਉਂਦਾ ਸੀ ਕਿਉਂ ਤੁਹਾਨੂੰ ਆਪ ਵੀ ਇਹ ਕੰਮ ਕਰਨਾ ਪਊਗਾ ਇੱਕ ਇੱਕ ਵਾਰ ਤੂੰ ਵੀਡੀਓ ਵਿੱਚ ਕਹਿਣਾ ਕਿ 10-10 ਰੁਪਏ ਦੇ ਮੱਥਾ ਟੇਕਦੇ ਹੋ 5-5 ਰੁਪਏ ਦਾ ਮੱਥਾ ਟੇਕਦੇ ਹੋ ਹੋਰ 500 5000 ਦਾ ਟਿਕਣ 50000 ਦਾ ਟਿਕਣ ਉਦਾਂ ਹੀ ਜੇਪਾਂ ਪਾੜ ਲਿਆ ਕਰੋ ਜਦੋਂ ਅੰਦਰ ਪੜਦੇ ਨੇ ਤੁਹਾਡੀ ਸਟੇ ਅੰਦਰ ਆਉਂਦੇ ਨੇ ਉਹ ਜਿੱਥੇ ਤੁਸੀਂ ਐਂਟਰੀ ਬਣਾਈ ਹੁੰਦੀ ਹੈ ਉੱਥੇ ਬੰਦੇ ਖੜਾਤੇ 10 15 ਵੀ ਜਿੰਨੇ ਹੈਗੇ ਨੇ ਸਾਰੇ ਕੱਢੋ ਤੁਸੀਂ ਆ ਲੈ ਕੇ ਲਾ ਦਿਓ ਵੀ 2000 ਤੋਂ ਘੱਟ ਕੋਈ ਮੱਥਾ ਨਹੀਂ ਟੇਕ ਸਕਦਾ ਟੈਂਕੀ ਦੇ ਤੂੰ ਪੈਸੇ ਮੰਗੇ ਨੇ ਮੈਂ ਦੇਖਿਆ ਤੇਰੀ ਵੀਡੀਓ ਜਿੱਥੇ ਤੂੰ ਟੈਂਕੀ ਦੇ ਪੈਸੇ ਮੰਗਦਾ ਮੈਨੂੰ ਟੈਂਕੀ ਦੇ ਪੈਸੇ ਦੋ ਹੁਣ ਟੂਟੀਆਂ ਖਰਾਬ ਹੋ ਗਈਆਂ ਉਹਨੀਆਂ ਉਹਨਾਂ ਦੇ ਪੈਸੇ ਵੀ ਮੰਗ ਲਾ ਜੇ ਤੇਰੀ ਗੱਡੀ ਨੂੰ ਕਿਤੇ ਪੈਂਚਰ ਪੁੰਚਰ ਹੋ ਗਿਆ ਮੈਨੂੰ ਫੋਨ ਕਰੀਂ ਮੈਂ ਦਊਂਗਾ ਤੈਨੂੰ ਪੈਂਚਰ ਦੇ ਪੈਸੇ ਆਪਣੇ ਆਪ ਨੂੰ ਕਹਣਾ ਮੈਂ ਬਹੁਤ ਵੱਡਾ ਬਹੁਤ ਸਿਆਣਾ ਹੋ ਗਿਆ ਬਹੁਤ ਸਮਝਦਾਰ ਹੋ ਗਿਆ ਰੱਬ ਨੂੰ ਤੂੰ ਭੁੱਲ ਗਿਆ ਹੁਣ ਹੁਣ ਕਹਿੰਦਾ ਕੁਦਰਤ ਹੀ ਆ ਸਭ ਕੁਝ ਜੇ ਕੁਦਰਤ ਹੀ ਆ ਸਭ ਕੁਝ ਜੰਗਲੀ ਨੇ ਸਭ ਕੁਝ ਦਰਖਤ ਸਭ ਕੁਝ ਨੇ ਜਾਂ ਹੋਰ ਕੁਝ ਆ ਦਿਖਾਦਾ ਸੀ ਕਿੱਥੇ ਤੂੰ ਜੰਗਲ ਲਾਇਆ ਕਿੱਥੇ 5000 ਦਰਖਤ ਲਾਇਆ ਜੇ ਤੂੰ ਕੁਦਰਤ ਦੀ ਐਨੀਓ ਕੇਅਰ ਕਰਦਾ ਐਨੀ ਤੈਨੂੰ ਹਮਦਰਦੀ ਆ ਦੱਸਦਾ ਸੀ ਕਿੱਥੇ ਲਾਇਆ ਜੰਗਲ ਤੂੰ ਮੈਂ ਹੁਣ ਤੱਕ 100 ਦਰਖਤ ਲਾ ਚੁੱਕਿਆ ਤੂੰ ਦੱਸ ਕਿਹੜਾ ਦਰਖਤ ਲਾਇਆ ਅੱਜ ਤੱਕ ਦੇਨੋਂ ਵੱਧ ਹੈਲਪ ਮੈਂ ਕਰ ਚੁੱਕਿਆ ਹੁਣ ਤੱਕ ਘਟੂ ਘਟ 50 60 ਬੰਦਿਆਂ ਦੀ ਹੈਲਪ ਕਰ ਚੁੱਕਿਆ ਮੈਂ ਗਰੀਬਾਂ ਦੀ ਤੂੰ ਦੱਸ ਦੇ ਕਿੰਨਿਆਂ ਦੀ ਕੀਤੀ ਅਜੇ ਤੱਕ ਕੀਦਾ ਤੂੰ ਲੈਂਟਰ ਪਵਾ ਕੇ ਦੇਤਾ ਕੀਦਾ ਕੀ ਕਰਤਾ ਤੂੰ ਅਜੇ ਤੱਕ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਤੂੰ ਕਹਨਾ ਬਈ ਇਹ ਇਹ ਪਖੰਡ ਕਰਦੇ ਨੇ ਇਹ ਇਹ ਫੋਟਾਂ ਖਚੌਣ ਦੇ ਮਾਰੇ 50 ਕਿਲੋ ਖੀਰ ਬਣਾ ਕੇ ਲੈ ਜਾਂਦੇ ਨੇ ਮੇਰੇ ਪਿੰਡ ਦਾ ਇੱਕ ਬੰਦਾ ਮੈਂ ਕਿਹਾ ਯਾਰ ਤੂੰ ਹਰ ਮਹੀਨੇ ਜਾਂਦਾ ਉੱਥੇ ਢੱਡਰੀਆਂ ਵਾਲੇ ਕੋਲ ਵੀ ਕੀ ਸਿੱਖਦਾ ਉੱਥੇ ਕਹਿੰਦਾ ਸਿੱਧਾ ਰੱਬ ਨਾਲ ਜੋੜ ਦਿੰਦਾ ਬਹੁਤ ਚੰਗੀਆਂ ਗੱਲਾਂ ਸਿਕਾਉਂਦਾ ਮੈਂ ਕਿਹਾ ਜਦੋਂ ਉਹ ਸਟੇਜ ਤੇ ਬੈਠਾ ਹੁੰਦਾ ਅੱਧਾ ਘੰਟਾ ਪਹਿਲਾਂ ਤਾਂ ਲੋਕਾਂ ਦੀ ਚੁਗਲੀ ਲਿੰਦਿਆ ਕਰਦਾ ਉਹਨੇ ਮੈਨੂੰ ਆਹ ਕਹਿਤਾ ਜੀ ਉਹਨੇ ਮੈਨੂੰ ਆਹ ਬੋਲਤਾ ਇਹਨੇ ਮੈਨੂੰ ਇਹਨੇ ਕਹਿਤਾ ਉਹ ਲੋਕਾਂ ਦੀ ਤਾਂ ਪਹਿਲਾਂ ਤੋਂ ਚੁਗਲੀ ਲਿੰਦਿਆ ਫੁੱਲ ਕਰਦਾ ਬਾਣੀ ਵਿੱਚ ਤਾਂ ਲਿਖਿਆ ਵੀ ਚੁਗਲੀ ਲਿੰਦਿਆ ਕਰਨ ਨਾਲ ਸਿੱਧਾ ਨਰਕਾਂ ਨੂੰ ਜਾਊਗਾ ਤੂੰ ਕਹਿੰਦਾ ਮੈਨੂੰ ਬਾਣੀ ਦਾ ਗਿਆਨ ਬਹੁਤ ਆ ਮੈਨੂੰ ਹੁਣ ਸਮਝ ਆਈ ਆ ਵੀ ਹੈ ਕੀ ਆ ਦੁ ਜਿਨ੍ਹਾਂ ਜਿਹੜਾ ਬਾਣੀ ਨੇ ਸਮਝ ਗਿਆ ਜਿਹੜਾ ਰੱਬ ਨੂੰ ਮੰਨਦਾ ਵੀ ਹਾਂ ਤੂੰ ਸੱਚਾ ਸੰਤ ਆ ਨਾ ਜਿਹੜਾ ਉਹ ਤਾਂ ਚੁਗਲੀ ਲਿੰਦਿਆ ਦਾ ਸੁਣਦਾ ਵੀ ਨਹੀਂ ਉਹਦੇ ਬੰਦੇ ਦੇ ਨੇੜੇ ਵੀ ਨਹੀਂ ਖੜਦਾ ਤੂੰ ਪੌਣਾ ਪੌਣਾ ਘਾਟਾ ਕਰਦਾ ਪਹਿਲਾਂ ਉਦੋਂ ਬਾਅਦ ਕੋਈ ਨਾ ਕੋਈ ਕਹਾਣੀ ਸੁਣਾ ਦੇਣੀ ਆ ਮੈਂ ਕਮਾਲ ਦੀ ਗੱਲ ਆ ਪਰ ਇਦਾਂ ਹੀ ਲੋਕਾਂ ਨੂੰ ਮੂਰਖ ਬਣਾਈ ਜਾਓਗੇ ਜਿਹੜਾ ਤੇਰੇ ਕੋਲ ਕਰੋੜਾਂ ਰੁਪਈਆ ਅੱਜ ਫੋਰਚੂਨਰ ਵੱਡੀਆਂ ਵੱਡੀਆਂ ਤੇਰੇ ਕੋਲ ਗੱਡੀਆਂ ਨੇ ਐਂ ਦਾ ਦਾਦੇ ਵੀ ਕਿਹੜੀ ਫੈਕਟਰੀ 'ਚ ਕੰਮ ਕੀਤਾ ਤੂੰ ਕਿੱਥੇ ਹਲ ਵਾਇਆ ਤੂੰ ਜਿਹੜੇ ਜਿੱਥੋਂ ਤੂੰ ਕਮਾਈ ਕੀਤੀ ਆ ਲੋਕਾਂ ਦੇ ਪੈਸੇ ਨੇ ਉਹ ਉਹਨਾਂ ਚੋਂ ਵੀ ਤੈਨੂੰ ਕਹਿੰਦਾ 5 ਰੁਪਏ দান ਨਹੀਂ ਹੋਏ ਹੈਗੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਤੂੰ ਰੋਕਦਾ ਉਹਨਾਂ ਨੂੰ ਕਿਉਂ ਰੋਕਦਾ ਉਹਨਾਂ ਦੇ ਬਰਾਬਰ ਕੰਮ ਕਰਕੇ ਦਿਖਾ ਵੀ ਮੈਂ ਕਰਦਾ ਜਿਹੜਾ ਹੜਾ ਹੜਾਂ ਦੇ ਪਾਣੀ ਆ ਨਾ ਉੱਥੇ ਜਿਹੜੇ ਲੋਕ ਜਾਂਦੇ ਨੇ 5-5 7-7 10-10 ਫੁੱਟ ਪਾਣੀ ਚੜ ਗਿਆ ਉਹਨਾਂ ਦੇ ਵਿੱਚ ਗਟਰ ਦਾ ਪਾਣੀ ਵੀ ਮਿਲਿਆ ਹੋਇਆ ਨਦੀ ਨਾਲਿਆਂ ਦਾ ਪਾਣੀ ਵੀ ਮਿਲਿਆ ਹੋਇਆ ਉਹ ਤਾਂ ਤੁਹਾਡੇ ਇਹੋ ਜਿਹੇ ਕੋਮਲ ਸਰੀਰ ਨੂੰ ਲਾ ਕੇ ਤੁਹਾਡੀ ਚਮੜੀ ਖਰਾਬ ਹੋ ਜਾਊਗੀ ਤੁਸੀਂ ਕਿਉਂ ਪੜੋਂਗੇ ਪਾਣੀ ਦੇ ਵਿੱਚ ਜਾ ਕੇ ਉੱਥੇ? ਤੁਸੀਂ ਤਾਂ ਨਹਾਉਂਦੇ ਵੀ ਜੇ ਫਰਾਂਸ ਤੋਂ ਉਹਦਾ ਉਹ ਪਾਣੀ ਤੇਰਾ ਨਹਾਉਣ ਵਾਸਤੇ ਵੀ ਝਰਨੇ ਦਾ ਪਾਣੀ ਫਰਾਂਸ ਵਾਲੇ ਝਰਨੇ ਦਾ ਉਹਦੇ ਨਾਲ ਨਹਾਉਂਦੇ ਹੋਮੋਗੇ ਤੁਸੀਂ। ਉਹੀ ਪਾਣੀ ਤੁਸੀਂ ਪੀਂਦੇ ਹੋਮੋਗੇ। ਇੱਥੇ ਤਾਂ ਤੁਸੀਂ ਪਾਣੀ ਵੀ ਨਹੀਂ ਪੀਂਦੇ ਹੁਣ। ਗੱਲਾਂ ਵੱਡੀਆਂ ਵੱਡੀਆਂ ਕਰਨੀਆਂ ਨੇ ਕੰਮ ਵੀ ਵੱਡੇ ਵੱਡੇ ਕਰਕੇ ਦਿਖਾਓ। ਕਿੰਨੇ ਹੀ ਲੋਕਾਂ ਦੇ ਉੱਤੇ ਪਸ਼ੂ ਮਰ ਗਏ, ਕਿੰਨੇ ਹੀ ਉਹਨਾਂ ਦੇ ਆਰਾਸ਼ਨ ਪਾਣੀ ਖਰਾਬ ਹੋ ਗਿਆ। ਦਿਖਾ ਦਦ ਦੇ ਕਿਸੇ ਨੂੰ ਤੇ ਇੱਕ ਮੱਝ ਵੇਚੀ ਹੋਵੇ। ਵੀ ਮੈਂ ਤੁਹਾਡੀ ਹੈਲਪ ਕਰਦਾ ਦੂਜੇ ਨੂੰ ਕਹਿਣ ਦਾ ਮਤਲਬ ਕੋਈ ਨਹੀਂ ਹੈਗਾ ਜੇ ਤੁਸੀਂ ਆਪ ਨਹੀਂ ਕੁਝ ਕਰਦੇ ਤੇ ਅਏ ਮੈਂ 20-50 ਬੰਦਿਆਂ ਦੀ ਹੈਲਪ ਕਰ ਚੁੱਕਿਆ ਹੁਣ ਤੱਕ ਤੇਰੇ ਕੋਲ ਇੱਕ ਦੀ ਨਹੀਂ ਹੋਈ ਕਦੇ ਹੁਣ ਮੈਂ ਤੈਨੂੰ ਦਿਖਾਵਾਂ ਸਾਰਿਆਂ ਦੀਆਂ ਵੀਡੀਓ ਫਿਰ ਜਿੰਨੇ ਪਖੰਡੀ ਸਾਹਿਬ ਨੇ ਮੈਂ ਹਰੇਕ ਵੀਡੀਓ 'ਚ ਇਹ ਗੱਲ ਕਰਦਾ ਸਟੇਜ ਤੇ ਚੜਨਗੇ ਕੋਈ ਵੀ ਗੱਲ ਕਰਨਗੇ ਜਿਹੜੀ ਕੋਈ ਵਧੀਆ ਗੱਲ ਹੁੰਦੀ ਆ ਜਾਂ ਕੋਈ ਮਨ ਘੜਤੇ ਜੀ ਕਹਾਣੀ ਵੀ ਹਾਂ ਇਹ ਇਹ ਲੋਕਾਂ ਨੂੰ ਮਨ ਮਨ ਨੂੰ ਇਹ ਸੱਟ ਪਹੁੰਚੂਗੇ ਇਹਦੇ ਨਾਲ ਸਿੱਧੀ ਇਹ ਦਿਮਾਗ ਤੇ ਹਿੱਟ ਕਰਨੀ ਇਹ ਗੱਲ ਨੇ ਫਿਰ ਕਹਣਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਚੈੱਕ ਕਰਦੇ ਹੁੰਦੇ ਨੇ ਇਹ ਵੀ ਇਹ ਭੇਡਾਂ ਨੇ ਕਿ ਬੰਦੇ ਨੇ ਸਾਡੇ ਮੂਹਰੇ ਬੈਠੇ ਇਹ ਕਿਉਂ ਜਿਹੜਾ ਤੁਹਾਡੇ ਪਿੱਛੇ ਬੋਲਦਾ ਜਿਹੜਾ ਤੁਹਾਡੀ ਬੋਲੀ ਬੋਲਦਾ ਉਹਦਾ ਆਪਣਾ ਦਿਮਾਗ ਤਾਂ ਕੰਮ ਹੀ ਨਹੀਂ ਕਰਦਾ ਉਹ ਦੇਖ ਲੈਂਦੇ ਨਹੀਂ ਵੀ ਸੁਣਨੇ ਇਹ ਵੀ ਇਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਜੇ ਤੂੰ ਕਹਿੰਦਾ ਭਈ ਇਹ ਜਿਹੜੇ ਬੋਟਾਂ ਖਚਾਉਂਦੇ ਨੇ ਪਾਣੀ ਦੀਆਂ ਬੋਤਲਾਂ ਦੇ ਕੇ ਆਪਣੇ ਉਹਨੂੰ ਪ੍ਰੋਮੋਟ ਕਰ ਦਿੰਦੇ ਜਾਂ ਖੀਰਾਂ ਦਾ ਲੰਗਰ ਲਾਉਂਦੇ ਨੇ 50 ਕਿਲੋ ਦੁੱਧ ਦਾ ਵੀ ਵੀਡੀਓ ਬਣਾ ਕੇ ਪਾ ਦਿੰਦੇ ਨੇ ਫਿਰ ਤੂੰ ਵੀ ਆਪਣੇ ਵੀਡੀਓ ਕਿਉਂ ਨੈਟ ਦੇ ਉੱਤੇ ਪਾਉਣਾ ਤੂੰ ਵੀ ਤਾਂ ਆਪਣੇ ਉਹਨੂੰ ਪ੍ਰੋਮੋਟ ਹੀ ਕਰਦਾ ਵੀ ਜਿਹੜੀਆਂ ਭੇਡਾਂ ਨੂੰ ਨਹੀਂ ਹੁਣ ਤੱਕ ਪਤਾ ਲੱਗਿਆ ਵੀ ਬਾਬਾ ਬਹੁਤ ਬੜਾ ਸੰਤ ਆ ਹੈ ਉਹ ਵੀ ਮੇਰੇ ਕੋਲ ਪਹੁੰਚਣ ਤੇਰਾ ਵੀਡੀਓ ਬਣਾ ਕੇ ਪਾਉਣ ਦਾ ਮਤਲਬ ਨੈਟ ਤੇ ਇਹੀ ਆ ਹੋਰ ਕੀ ਆ ਜੇ ਤੂੰ ਐਡਾ ਹੀ ਆਪਣਿਆਂ ਨੂੰ ਕਹਣਾ ਵੀ ਮੈਂ ਬਹੁਤ ਵੱਡਾ ਫਿਲਾਸਫਰ ਆ ਮੇਰਾ ਬਹੁਤ ਮੈਨੂੰ ਅਕਲ ਆ ਮੈਨੂੰ ਬਹੁਤ ਗਿਆਨ ਆ ਮੈਨੂੰ ਫਿਰ ਚਾਹਤਾ ਤੂੰ ਕੱਲੀਆਂ ਵੀਡੀਓ ਬਣਾ ਕੇ ਪਾਇਆ ਕਰ ਆ ਸਮਾਗਨ ਨਾ ਕਰਿਆ ਕਰ ਜਿੱਥੇ 50 60 ਹਜ਼ਾਰ ਤੂੰ ਬੰਦਾ ਇਕੱਠਾ ਕਰ ਲੈਣਾ ਉਹ ਉਹਨੂੰ ਨਾ ਕਰਿਆ ਕਰ ਕਿ ਆਪਣੇ ਕਮਰੇ 'ਚ ਬੈਠਿਆ ਵੀਡੀਓ ਬਣਾ ਕੇ ਜਿਵੇਂ ਹੁਣ ਮੈਂ ਪਾਉਣਾ ਇਦਾਂ ਵੀਡੀਓ ਬਣਾ ਕੇ ਇਦਾਂ ਆਪ ਉਪਦੇਸ਼ ਦੇ ਦਿਆ ਕਰ ਆਪਣੇ ਜਿਹੜੀ ਤੈਨੂੰ ਕੋਈ ਚੰਗੀ ਗੱਲ ਦਾ ਗਿਆਨ ਆ ਉਹ ਲੋਕਾਂ ਨੂੰ ਇਦਾਂ ਦੱਸ ਦੇ ਕਿਉਂ ਉਹਦੇ ਨਾਲ ਫਿਰ ਝੜਾਵਾ ਨਹੀਂ ਇਕੱਠਾ ਹੋਣਾ ਲੋਕਾਂ ਨੂੰ ਸਰਕਾਰਾਂ ਨੂੰ ਕਿਵੇਂ ਪਤਾ ਲੱਗੋ ਬੇਬੇ ਕੋਲ ਇੰਨੀ ਵੋਟ ਆ 50000 ਇੱਥੇ ਆ 50000 ਲੁਧਿਆਣੇ ਆ 50000 ਜਲੰਧਰ ਆ 50000 ਕਪੂਰਥਲੀਆ ਉਹ ਲੋਕਾਂ ਨੂੰ ਪਤਾ ਸਰਕਾਰਾਂ ਨੂੰ ਪਤਾ ਨਹੀਂ ਲੱਗਣੀ ਵੋਟ ਦਾ ਵੀ ਇੰਨੀ ਇੰਨੀ ਪਬਲਿਕ ਇਹਦੇ ਨਾਲ ਕਿ ਉਹਦਾ ਫਾਇਦਾ ਮਿਲੂਗਾ ਵੋਟਾਂ ਟਾਈਮ ਦੇ ਵਿੱਚ ਉੰ ਇੰਨਾ ਹੀ ਮੈਂ ਕਹਿਣਾ ਵੀ ਜੇ ਆਪ ਨਹੀਂ ਕੁਝ ਕਰ ਸਕਦੇ ਲੋਕਾਂ ਨੂੰ ਨਾ ਰੋਕੋ ਉਹਨਾਂ ਨੂੰ ਕੰਮ ਕਰਨ ਦਿਓ ਉਹਨਾਂ ਦਾ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨਾਂ ਤੱਕ ਪਹੁੰਚੇ ਢੱਡਰੀਆਂ ਵਾਲੇ ਤੱਕ ਪਹੁੰਚੇ ਮੇਰੀ ਵੀਡੀਓ